ਸਤਿ ਸ੍ਰੀ ਅਕਾਲ ਨਮਸਤੇ ਮੈਂ ਆਪ ਸਬਜੀ ਦਾ ਏਮਸ ਚਾਂਤੇ ਜੀ ਆਇਆਂ ਕਹਿੰਦਾ ਔਰ ਮੈਂ ਧੰਨਵਾਦ ਕਰੀਆ ਤੁਹਾਡਾ ਕਿ ਤੁਸੀਂ ਇਸ ਇਵੈਂਟ ਨੂੰ ਕਵਰ ਕਰਨ ਲਈ ਆਏ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਏਮਸ ਬਠਿੰਡਾ ਮਾਲਵੇ ਦੇ ਏਰੀਆ ਚ ਔਰ ਆਸ-ਪਾਸ ਦੇ ਜਿਹੜੇ ਏਰੀਆ ਜਿੱਤੇ ਰਾਜਸਥਾਨ ਦਾ ਸ਼੍ਰੀ ਗੰਗਾਨਗਰ ਹਰਨਮਾਨਗੜ੍ਹ ਸਿਰਸਾ हिसार ਔਰ ਇੱਧਰ ਅਸੀਂ ਫਿਰੋਜ਼ਪੁਰ ਆਪਣੇ ਬਾਰਡਰਵਾਲ ਏਰੀਆ ਵੱਲ ਚਲੇ ਜਾਈਏ ਉਧਰ ਮੋਗੇਵਾਲ ਏਰੀਆ ਚਲੇ ਜਾਈਏ ਜੇ ਮੈਂ ਕਹਾਂ ਕਿ ਅਸੀਂ ਇਹਨੂੰ 150 ਕਿਲੋਮੀਟਰ ਦੀ ਘੇਰੇ 'ਚ ਅਸੀਂ ਲੈ ਲੀਏ ਤਾਂ ਐਮਸ ਇੱਕ ਇੱਥੋਂ ਦੇ ਲੋਕਾਂ ਲਈ ਬਹੁਤ ਵੱਡੀ ਸੁਗਾਤ ਹੈ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਨਾਗੂਰੇਸ਼ਨ ਤਾਂ ਪ੍ਰਾਈਮ ਮਿਨਿਸਟਰ ਇਤਵਾਰ ਨੂੰ ਕਰ ਰਹੇ ਹਨ ਪਰ ਉਸ ਤੋਂ ਪਹਿਲਾਂ ਅਸੀਂ ਜਦੋਂ ਚਾਹੇ ਕੋਵਿਡ ਦਾ ਸਮਾਂ ਆਇਆ एम्स ਨੇ ਵੱਧ ਚੜ ਕੇ ਹਿੱਸਾ ਲਿਆ ਲੋਕਾਂ ਦੀ ਸੇਵਾ 'ਚ ਬੜੇ ਲੋਕਾਂ ਦੀ ਜਾਨਾਂ ਬਚਾਈਆਂ ਕਿਉਂਕਿ ਬੜੀ-ਵੜੀ ਅਖਬਾਰਾਂ 'ਚ ਨਹੀਂ ਆਂਦਾ ਠੀਕ ਹੈ ਉਸ ਵੇਲੇ ਸਾਡੀ ਓਪੀਡੀ ਹੀ ਚੱਲ ਰਹੀ ਸੀ ਲੇਕਿਨ ਅਸੀਂ ਓਪੀਡੀ ਦੇ ਅੰਦਰ ਹੀ ਆਪਰੇਸ਼ਨ ਥੀਟਰ ਬਣਾਏ ਸਾਡੇ ਜੋ ਡਾਇਰੈਕਟਰ ਸਰ ਹੈ ਡਾਕਟਰ ਡੀ ਕੇ ਸਿੰਘ ਉਹ ਇੱਕ ਬਹੁਤ ਬੜੀ ਸਖਸ਼ੀਤ ਹੈ ਕ੍ਰਿਟੀਕਲ ਕੇਅਰ ਐਨਸਥੀसिया ਦੇ ਉਹ ਹੈੱਡ ਵੀ ਰਹੇ ਹਨ ਬਨਾਰਸ ਸਿੰਧੂ ਯੂਨੀਵਰਸਿਟੀ ਤੋਂ ਹੈ ਜਦੋਂ ਇੱਕ ਐਸੀ ਸਖਸ਼ੀਅਤ ਜਿਸ ਦਾ ਐਕਸਪੀਰੀਅੰਸ ਐਨਾ ਹੋਏ ਤਾਂ ਆਪਈ ਹਸਪੀਟਲ ਬਲੌਡਨ ਲਪਨਦਾ ਹੈ ਇਹ ਉਹਨਾਂ ਦੀ ਵਿਜਨ ਸਦਕੇ ਹੀ ਹੈ ਕਿ ਅਸੀਂ ਏਮਸ ਦੇ ਵਿੱਚ ਆਈਪੀਡੀ ਵਿੱਚ ਚਾਲੂ ਕਰ ਦਿੱਤੀ ਔਰ ਤੁਹਾਨੂੰ ਮੈਂ ਇੱਕ ਹੋਰ ਜਾਣ ਕੇ ਖੁਸ਼ੀ ਹੋਏਗੀ ਕਿ ਅਸੀਂ ਤਕਰੀਬਨ ਤਕਰੀਬਨ ਸਾਰੇ ਡਿਪਾਰਟਮੈਂਟ ਅੱਜ ਏਮਸ ਦੇ ਵਿੱਚ ਲੱਗ ਚਾਲੂ ਹੈ ਲਗਭਗ ਚਾਲੂ ਹੈ ਸਾਡੀ ਐਮਰਜੈਂਸੀ ਪਿਛਲੇ 1 ਸਾਲ ਚ ਅਸੀਂ ਆਪਣੀ ਐਮਰਜੈਂਸੀ ਨੂੰ ਸਟਰੈਂਥਨ ਕਰ ਲਿਆ ਹੈ ਅਸੀਂ ਨਵੀਂ ਅਸੀਂ ਸਟਰੈਂਥਨ ਕਰ ਲਿਆ ਹੈ ਕੁਛ ਜਦੋਂ ਵੀ ਕੋਈ ਨਵੀਂ ਚੀਜ਼ ਬੰਦੀ ਹੈ ਜਾਂ ਨਵੀਂ ਬਿਲਡਿੰਗ ਬੰਦੀ ਹੈ ਕੁਛ ਇੱਕ ਕੋਕੜਾਂ ਦੇ ਆਂਦੀਆਂ ਉਹ ਸਾਨੂੰ ਵੀ ਫੇਸ ਕਰਨੀਆਂ ਪਈਆਂ ਕੁਛ ਇੱਕ ਸ਼ਿਕਾਇਤਾਂ ਬੜੀਆਂ ਲੋਕਾਂ ਦੀਆਂ ਤੁਹਾਡੇ ਤੱਕ ਵੀ ਪਹੁੰਚੀਆਂ ਸਾਡੇ ਤੱਕ ਵੀ ਆਈਆਂ ਅਸੀਂ ਉਹਨੂੰ ਧੀਰੇ ਧੀਰੇ ਇੰਪਰੂਵ ਕਰਦੇ ਰਹੇ ਹਾਂ ਔਰ ਅੱਜ ਮੈਂ ਬੜੇ ਫਕਰ ਨਾਲ ਕਹਿ ਸਕਦਾ ਕਿ ਆਪਣੇ ਡਾਇਰੈਕਟਰ ਸਰ ਦੀ ਅਸੀਂ ਨਮਾਇੰਦਗੀ ਦੇ ਵਿੱਚ ਅਸੀਂ ਇਸ ਇਲਾਕੇ ਦੇ ਲੋਕਾਂ ਦੀ ਵਤਵਤ ਸੇਵਾ ਕਰ ਰਹੇ ਹਾਂ ਔਰ ਤੁਹਾਡਾ ਸਹਿਯੋਗ ਹਮੇਸ਼ਾ ਸਾਨੂੰ ਰਿਹਾ ਹੈ ਔਰ ਮੈਨੂੰ ਉਮੀਦ ਹੈ ਕਿ ਅੱਗੋਂ ਵੀ ਤੁਹਾਡਾ ਸਹਿਯੋਗ ਰਹੇਗਾ ਜੜੀਆਂ ਕਿ ਕੁਝ ਕਮੀ ਪੇਸ਼ੀਆਂ ਹੈ ਤੁਸੀਂ ਸਾਨੂੰ ਦੱਸਦੇ ਰਹੋਗੇ ਅਸੀਂ ਉਦਾਂ ਹੀ ਆਪਣੀ ਸਰਵਿਸਿਜ਼ ਨੂੰ ਇੰਪਰੂਵ ਕਰਦੇ ਰਵਾਂਗੇ ਔਰ ਇਸ ਇਲਾਕੇ ਦੇ ਜਿੰਨੇ ਵੀ ਲੋਕਾਂ ਹੈ ਉਹਨਾਂ ਦੀ ਬਤ ਬਤ ਸੇਵਾ ਕਰਾਂਗੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਕੁਝ ਕਲੈਰੀਫਿਕੇਸ਼ਨ ਚਾਹੁੰਦੇ ਹੋ ਆਈ ऍम ਹੈਪੀ ਟੂ ਕਲੈਰੀਫਾਈ ਮੈਂ ਬਿਲਕੁਲ ਉਸ ਦਾ ਜਵਾਬ ਦਵਾਂਗਾ ਸਰ ਜਿਹੜਾ ਪ੍ਰੋਗਰਾਮ ਹੋਣਾ ਉਹ ਤਾਂ ਵਰਚੂਅਲੀ ਹੋਣਾ ਹੈ ਤੇ ਇੱਕ ਹੋਰ ਫੌਨ ਇੱਥੇ ਪਹੁੰਚ ਰਿਹਾ ਉਸ ਇੱਥੇ ਗਵਰਨਰ ਪੰਜਾਬ ਪਹੁੰਚ ਰਹੇ ਨੇ ਆ ਸੋਮਪ੍ਰਕਾਸ਼ ਜੀ ਪਹੁੰਚ ਰਹੇ ਨੇ ਆਪਣੇ ਜਿਹੜੇ ਇੱਥੋਂ ਦੇ ਲੋਕਲ ਐਮਪੀ ਹੈ ਹਰਸਿਮਰਤ ਬਾਦਲ ਜੀ ਉਹਨਾਂ ਨੇ ਕੰਫਰਮ ਕੀਤਾ ਔਰ ਜਿਨੇ ਵੀ ਐਮਪੀ ਲੋਕਲ ਐਮਪੀ ਹੋਏਗਾ ਸੁਖਬੀਰ ਬਾਦਲ ਜੀ ਹੈ ਗੁਰਪ੍ਰੀਤ ਔਜਲਾ ਜੀ ਹੈ ਕਿਸੇ ਵੀ ਪਾਰਟੀ ਦਾ ਪੋਲੀਟੀਕਲ ਪਾਰਟੀ ਦਾ ਹੋਵੇ ਦੇਸਪਾਈਟ ਥੈਟ ਐਮਐਲਏ ਹੈ ਲੋਕਲ ਹੈ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਬੜੀ ਨਮਰਤਾ ਦੇ ਨਾਲ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇੱਥੇ ਆਣ ਤੇ ਸਾਰਿਆਂ ਨੂੰ ਦੁਆਵਾ ਦੇਣ ਕਿ ਜਾਣ ਕੋਈ ਹੈਲਥ ਮਿਨਿਸਟਰੀ ਤੋਂ ਵਿਗਿਆਰ ਹੈ ਹੈਲਥ ਮਿਨਿਸਟਰੀ ਤੋਂ ਜੁਆਇੰਟ ਸੈਕਟਰੀ ਹੋਣਗੇ ਨੁਮਾਇੰਦੇ ਹੋਣਗੇ ਪੰਜਾਬ ਸਰਕਾਰ ਦਾ ਕੋਈ ਮੰਤਰੀ ਚੰ ਪੰਜਾਬ ਸਰਕਾਰ ਅਸੀਂ ਭਗਵੰਤ ਮਾਨ ਜੀ ਦੇ ਆਫਿਸ ਨੂੰ ਵੀ ਕੰਟੈਕਟ ਕੀਤਾ ਹੈ ਅਸੀਂ ਹੈਲਥ ਮਿਨਿਸਟਰ ਦੇ ਨੂੰ ਵੀ ਕੰਟੈਕਟ ਕੀਤਾ ਹੈ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਆਓ ਬਿਕੋਜ਼ ਇਹ ਪੰਜਾਬ ਚ ਹੀ ਹੈ ਬਿਲਕੁਲ ਔਰ ਪੰਜਾਬ ਦੇ ਲੋਕਾਂ ਲਈ ਹੈ ਉਹਨਾਂ ਨੂੰ ਜ਼ਰੂਰ ਆਣਾ ਚਾਹੀਦਾ ਹੈ ਹਜੇ ਤੱਕ ਕਨਫਰਮੇਸ਼ਨ ਨਹੀਂ ਹੈ ਬਟ ਸਾਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਦਾ ਕੋਈ ਨਾ ਕੋਈ ਨੁਮਾਇੰਦਾ ਬਿਲਕੁਲ ਆਏਗਾ ਔਰ ਮੈਂ ਮੈਂ ਤੁਹਾਡੇ ਰਹੀਂ ਇੱਕ ਡਾਕਟਰ ਬਲਬੀਰ ਸਿੰਘ ਨੂੰ ਵੀ ਕਹਾਂਗਾ ਖੁਦ ਡਾਕਟਰ ਹੈ ਅੱਗੇ ਵੀ ਉਹ ਐਮਸ ਚਾਹੀਏ ਹੈ ਮੈਂ ਤੁਹਾਡੇ ਰਹੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਹ ਜ਼ਰੂਰ ਆਣ ਔਰ ਇਸ ਪ੍ਰੋਗਰਾਮ ਚ ਵੱਧ ਚੜ ਕੇ ਹਿੱਸਾ ਲੈਣ ਦੇਖੋ ਪ੍ਰੋਜੈਕਟ ਤਾਂ ਆਲਮੋਸਟ ਦੇਖੋ ਇੱਕ ਇਹ ਕੰਟੀਨਿਊਸ ਪ੍ਰੋਸੈਸ ਹੈ ਹੈਨਾ ਅਸੀਂ ਕੁਝ ਨਾ ਕੁਝ ਐਡ ਕਰਦੇ ਰਹਿੰਦੇ ਆ ਤੇ ਇਸ ਵੇਲੇ ਜਿਹੜਾ ਇਤਵਾਰ ਦਾ ਪ੍ਰੋਗਰਾਮ ਹੈ ਉਹ ਇੱਕ ਇਨੈਗੂਰੇਸ਼ਨ ਦਾ ਹੀ ਪ੍ਰੋਗਰਾਮ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਜੀ ਏਮਸ ਨੂੰ ਆਪਣੇ ਪੰਜਾਬ ਦੇ ਲੋਕਾਂ ਲਈ ਦੇਸ਼ ਦੇ ਲੋਕਾਂ ਲਈ ਸਮਰਪਿਤ ਕਰਨਗੇ ਇਹ ਕੰਮ ਕਰ ट्रॉमा सेंटर की फाइल ऑलमोस्ट क्लीयर हो गई है असी चाहते सके कि पाँब गोरमेंट जी बार फिशरीज की जमीन है क्योंकि ट्रोमा बिल्कुल अंदर नहीं आ आ सकता असी चाहते जमीन सू मिल जाए पर ऑलमोस्ट फाइल क्लीयर है मे बी विदिन अ फ्यू मंथस ट्रॉमा सेंटर असी लॉन्च कर देंगे नहीं मिली तो सड़े को काफ़ी जमीन है और अभी चाहोंगे कि देन है ना असी चाहोंगे कि देन ਹਨਾਂ ਲੋਕਾਂ ਦੀ ਲੋਕਾਂ ਦੇ ਲਈ ਹੈ ਫਿਸ਼ਰੀਜ਼ ਚ ਇੱਥੇ ਕੁਝ ਜ਼ਿਆਦਾ ਕੁਝ ਹੋ ਨਹੀਂ ਰਿਹਾ ਪਰ ਮੈਨੂੰ ਕਹਿਣਾ ਨਹੀਂ ਚਾਹੀਦਾ ਬਟ ਅਸੀਂ ਚਾਹਾਂਗੇ ਉਹ ਦੇ ਦਨ ਤਾਂ ਲੋਕਾਂ ਲਈ ਹੈ ਪੰਜਾਬ ਦੇ ਲੋਕਾਂ ਲਈ ਹੈ